ਤੀਸਰਾ ਮੇਰਾ ਇਨਾਮ ਆਛਦਾ ਦੋ ਬੇਟੇ ਮੇਰੇ ਅੰਦਰ ਨੇ ਮੇਰਾ ਅੱਲਾ ਤੋਂ ਸਿਵਾ ਮੇਰਾ ਕੋਈ ਵੀ ਨਹੀਂ ਲੱਗਦਾ ਮੇਰਾ ਅੱਲਾ ਸਿਵਾ ਮੇਰਾ ਕੋਈ ਵੀ ਨਹੀਂ ਉਹਨਾਂ ਨੇ ਸਾਨੂੰ ਦਿੱਤਾ 40 ਲੱਖ ਰੁਪਈਆ ਤੇ ਤੁਸੀਂ ਦੇ ਦਿਓ 50 ਲੱਖ ਤੁਹਾਨੂੰ ਛੜ ਬੰਦਾ ਛੜ ਦਿੰਨੇ ਆ ਹੁਣ ਅਸੀਂ ਇਹਨਾਂ ਨੂੰ ਦਾਸ਼ਤਗਰਦ ਬਣਾ ਦਈਏ ਦੱਸੋ ਅੱਜ ਜਿਹੜੇ ਬੱਚੇ ਸਕੂਲ ਛੱਡ ਕੇ ਬੈਠੇ ਆ ਵੀ ਅਸੀਂ ਆਪਣੇ ਚਾਚੇ ਦਾ ਪਰਚਾ ਬਦਲਾ ਲੈਣਾ ਬismillahirrahmanirrahim ਅਸਲਾਮੁਅਲੈਕਮ ਨਾਜ਼ਰੀਨ ਅੱਜ ਮੈਂ ਫੈਸਲਾਬਾਦ ਕੇ ਇਲਾਕੇ ਰੋਸ਼ਨ ਵਾਲਾ ਮੈਂ ਮੌਜੂਦ ਹਾਂ ਯਹਾਂ ਪਰ ਇੱਕ ਅਫਰਾਦ ਕੋ ਥਾਣੇ ਮੇਂ ਬੇਦਰਦੀ ਕੇ ਸਾਥ ਕਤਲ ਕਰ ਦਿਆ ਗਿਆ ਉਨਕੀ ਹਮਾਰੇ ਸਾਥ ਮਾਂ ਮੌਜੂਦ ਹੈ ਉਨਸੇ ਜਾਣਤੇ ਕਿ ਉਨਕੀ ਬੇਟੀ ਕੋ ਕਿਉਂ ਕਤਲ ਕੀਤਾ ਗਿਆ ਕੀ ਵਜ੍ਹਾ ਬਣੀ ਔਰ ਅਭੀ ਤੱਕ ਪੁਲਿਸ ਕਾਨੂੰਨ ਕੇ ਸਾਥ ਕਿਹਾ ਤਾਮ ਨੇ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਮਾ ਜੀ ਸਾਨੂੰ ਪਤਾ ਚੱਲਿਆ ਵੀ ਤੁਹਾਡੇ ਤਿੰਨ ਬੇਟੇ ਆ ਦੋ ਅੰਦਰ ਆ ਤੇ ਇੱਕ ਨੂੰ ਕਤਲ ਕਰ ਦਿੱਤਾ ਗਿਆ ਕੀ ਵਜ੍ਹਾ ਬਣੀ ਕਿਉਂ ਕਤਲ ਕੀਤਾ ਕੋਈ ਵਜ੍ਹਾ ਨਹੀਂ ਬਣੀ ਥਾਣੇ ਆ ਥਾਣੇਦਾਰ ਰੁਪਈਆ ਲੈ ਲੈਣੇ ਅੰਬਰ ਅੰਬਰ ਫਰੋਕ ਰੁਪਈਆ ਲੈ ਲੈਣੇ ਰਾਫ ਰੋਕ ਰੁਪਈਆ ਲੈ ਲੈਣੇ ਉਸ ਮੇਰੇ ਬੱਚੇ ਨੂੰ ਆਖਿਆ ਵੀ ਤੇਰੇ ਐਨ ਕੁਆਰੀ ਥਾਣੇ ਆ ਤੇ ਸਾਡੀ ਐਨ ਕੁਆਰੀ ਕੋਈ ਨਹੀਂ ਆਈ ਮੇਰਾ ਤੁਹਾਡੇ ਪੁੱਤ ਦੇ ਕੋਈ ਪਰਚਾ ਵਗੈਰਾ ਨਹੀਂ ਸੀ ਹੈਗਾ ਐਫ ਆਈ ਜਿਹੜੀ ਇਨਕੁਆਇਰੀ ਸੀ ਝੂਠੀ ਉਹਨਾਂ ਨੇ ਸਾਦ ਲਈ ਝੂਠੀ ਉਸ ਮੇਰੇ ਬੱਚੇ ਨੂੰ ਥਾਣੇ ਸਦਾ ਵੀ ਤੋ ਆ ਤੇਰੀਆਂ ਇਨਕੁਆਰੀ ਤੇ ਬੇਗੁਨਾਹ ਕਰਨੇ ਆ ਕੋਈ ਉਹਨਾਂ ਝੂਠ ਨੀ ਜਾਇ ਪਰਚਾ ਮੇਰੇ ਬੱਚੇ ਦਿੱਤਾ ਹੋਇਆ ਮੁਖਾਲਫਾ ਸਾੜਿਆ ਤੋ ਉਹਨਾਂ ਕਿਹਾ ਵੀ ਤੂੰ ਆਤਨ ਬੇਗੁਨਾਹ ਕਰਨਾ ਮੇਰਾ ਬੱਚਾ ਚਲਾ ਗਿਆ ਥਾਣੇ ਜਿਸ ਵਕਤ ਥਾਣੇ ਮੇਰਾ ਬੱਚਾ ਚਲਾ ਗਿਆ ਅੰਦਰ ਵੜਾਂ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸੰਤਰੀ ਨਹੀਂ ਵੜਾ ਦਿੱਤਾ ਉਹ ਸਾ ਕਿਹਾ ਵੀ ਤੂੰ ਬਾਹਰ ਖੜੋ ਅੰਦਰ ਨਹੀਂ ਵੜਨਾ ਉਥੇ ਮੇਰਾ ਬੱਚਾ ਥਾਣੇ ਦੇ ਵਿੱਚ ਖਲਤਾ ਹੈ ਉਥੋਂ ਦੁਸ਼ਮਣ ਆਏ ਨੇ ਉਹਨਾਂ ਮੇਰੇ ਬੱਚੇ ਨੂੰ ਵਾਰ ਕੀਤਾ ਹੈ ਤੇਰ ਬੰਦਾ ਜ਼ਖਮੀ ਹੋਨੇ ਦੋ ਸਾਡੇ ਬਿਲਾਦਰੀ ਦੇ ਜ਼ਖਮੀ ਹੋਨੇ ਇੱਕ ਥੋੜੀ ਸਾ ਜ਼ਖਮੀ ਹੋਇਆ ਤੇ ਮੇਰਾ ਬੱਚਾ ਮੌਕੇ ਤੇ ਮਰ ਗਿਆ ਮੇਰੇ ਬੱਚੇ ਦੀ ਕੋਈ ਉਹਨਾਂ ਕਾਰਵਾਈ ਨਹੀਂ ਕੀਤੀ ਮੇਰੇ ਬੱਚੇ ਮਗਰੋਂ ਨਹੀਂ ਬੰਨੇ ਉਹਨਾਂ ਫੜਾ ਦੀ ਕੋਸ਼ਿਸ਼ ਨਹੀਂ ਕੀਤੀ ਮੇਰੇ ਬੱਚੇ ਨੂੰ ਮਾਜੀ ਜਿਹੜੇ ਬੰਦੇ ਉਹਨਾਂ ਨੇ ਆਣ ਕੇ ਤੁਹਾਡੇ ਬੇਟੇ ਤੇ ਹਮਲਾ ਕੀਤਾ ਕਿੰਨੇ ਬੰਦੇ ਸੀ ਪੰਜ ਬੰਦੇ ਆ ਸੀ ਥਾਣੇ ਦੇ ਅੰਦਰ ਕੀਤਾ ਥਾਣੇ ਦੇ ਅੰਦਰ ਕੀਤਾ ਇਹਨੇ ਤੇ ਜਿਹੜੇ ਤੁਹਾਡੇ ਪਹਿਲੇ ਦੋ ਬੇਟੇ ਮੌਜੂਦ ਆ ਥਾਣੇ ਦੇ ਅੰਦਰ ਜਿਨ੍ਹਾਂ ਤੇ ਜਿਹੜੇ ਕੈਦ ਆ ਉਹਨਾਂ ਦਾ ਕੀ ਜੁਰਮ ਆ ਕਿਉਂ ਉਹਨਾਂ ਨੂੰ ਕੀਤਾ ਅੰਦਰ ਉਹਨਾਂ ਉਹ ਮੇਰੇ ਬੱਚੇ ਗਿਆ ਹੁੰਦੇ ਨਾਲ ਆਉਣ ਜਾਣ ਸਾਡਾ ਹੇਕਰ ਬਣਿਆ ਹੋਇਆ ਜੇ ਸਜਾਉਣਾ ਉਹਦਾ ਮੇਰਾ ਪੁੱਤ ਜਾਂਦਾ ਫਿਰਦਾ ਉਹਨਾਂ ਦੇ ਨਾਲ ਉਹ ਲੈ ਜਾਏ ਪਰੇਸ਼ਾਨ ਉਹ ਕਾਦੇ ਨਹੀਂ ਜਾਏ ਨਹੀਂ ਜਾਏ ਫਰੋਸ਼ ਉਹ ਪੌੜਾ ਵੇਚ ਦੇਣ ਉਸ ਮੇਰਾ ਪੁੱਤਰ ਆਖੇ ਵੀ ਮੈਂ ਤੁਹਾਡੇ ਨਾਲ ਨਹੀਂ ਫਿਰਨਾ ਤੁਸੀਂ ਪੌੜਾ ਚਰਾਸ ਵੇਚ ਦਿਓ ਮੇਰਾ ਪੁੱਤਰ ਘਰ ਆ ਕੇ ਬਹਿ ਗਿਆ ਉਹ ਵੇਚਦੇ ਰਹੇ ਨੇ ਉਹਨਾਂ ਆਖੇ ਵੀ ਤੂੰ ਸਾਡੇ ਨਾਲ ਟੋਰ ਮੇਰੇ ਬੱਚੇ ਆਖੇ ਮੈਂ ਨਹੀਂ ਟੁਰਨਾ ਉਹਨਾਂ ਕਹਿੰਦਾ ਇਥੇ ਲਿਜਾਇਜ ਪਰਚੇ ਕਰਾਉਣੇ ਤੂੰ ਸਾਡੇ ਨਾਲ ਟੋਰ ਸਕੇ ਮੈਂ ਨਹੀਂ ਟੁਰਨਾ ਅਖੀਰੇ ਉਹਨਾਂ ਮੇਰਾ ਬੱਚਾ ਮਾਲ ਮੰਡੀ ਮੇਰਾ ਬੱਚਾ ਗਿਆ ਨਿਆਮੋ ਆਣੇ उत्त है पुलिस पुलिस फाड़ के मेरे पुता से सतारा किलो चिरा सुन पवाई है पवा के मेरे प बच्चे उन्हें पजी साल सजा कराई है इस वक्त तो मेरा बच्चा सजा हो गया जोड़ा मेरा है सदाम तू तो नि उस मेरे बच्चे मगर धमकिया ना बंदूकों ला के मगर फिरन भी अस तेन मारना असा तेन मारना मेरे बच्चे को पिस्तौल आमने सामने हुए मेरे बचे पिस्तौल मारे उन्होंने बंदा मार गया दो बेटे अंदर मेरे दो बेटे अंदर हैं। तीसरा मेरा इना मार दो बेटे मेरे अंदर नहीं मेरा अल्लाह सिवा मेरा कोई भी नहीं लगता मेरा अल्लाह सिवा मेरा कोई भी नहीं इनके नावरी बेटे को इंक्वायरी के लिए झूठी काल की गई वहाँ पर बुलाकर बेदर्दी के साथ कत्ल करवा दिया गया लेकिन जिसके बाद पता चला कि कोई इंक्वायरी नहीं थी हमारे साथ उनके कज़न मौजूद हैं ये माँ जी ज़्यादा बात नहीं कर सकते क्योंकि आपको पता है कि ज्यादा उम्र है और उसके बाद इनके बेटे को कत्ल कर दिया गया अब इनका इस दुनिया में कोई सहारा नहीं है दो बेटी अंदर है एक को कत्ल कर दिया गया तो ये भाई साहब मौजूद है जो इस केस की पैरवाई कर रहे हैं इनसे जानते हैं कि ये मामला कैसे हुआ असल वाईक अल्लाह भाई क्या नाम है अली रजा अली रजा मुझे आप बताएँ तफसील के साथ के जब पहली दफ़ा जिस जगह से इनकी दुश्मनी शुरू हुई क्या वजह बनी थी आपस इकट्ठे फिर दे सी ਸਦਾਮ حسین ਦੇ ਉਹਨਾਂ ਦੀ ਨਾਲ ਕਾਫੀ ਤੱਲਕ ਸੀਗੇ ਆਪਸ ਵਿੱਚ ਤੇ ਜਦੋਂ ਇਕੱਠੇ ਫਿਰਦੇ ਸੀ ਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਇਹ ਤੇ ਬਹੁਤ ਜ਼ਿਆਦਾ بڑے ਨਜਾਇਜ਼ ਫਰੋਸ਼ ਨੇ ਜਿਹੜੇ ਨਜਾਇਜ਼ ਫਰੋਸ਼ ਉਹਨਾਂ ਦੇ ਕੀ ਨਾਮ ਆ ਕਿੱਥੇ ਦੇ ਆ ਉਹਨਾਂ ਦਾ ਨਾਮ ਚੋਕਾਂ ਦੇ ਆ ਤੇ ਨਾਮ ਮੈਨੂੰ ਇਹਨੇ ਕਨਫਰਮ ਜਿਆਦਾ ਨਹੀਂ ਕਿਉਂਕਿ ਮੇਰੀ ਉਹਨਾਂ ਨਾਲ ਕਦੀ ਮੁਲਾਕਾਤ ਨਹੀਂ ਹੋਈ ਤੇ ਇਹ ਗੁੱਲੂ ਤੇ ਮਾਨਾ ਤੇ ਜਾਦੂ ਤੇ ਇਸ ਤਰ੍ਹਾਂ ਦੇ ਨਾਮ ਆ ਸੁਣੇ ਤਿੰਨ ਨਾਮ ਤਾਂ ਮੈਂ ਸੁਣੇ ਨੇ ਮਸ਼ਹੂਰ ਐਨ ਦੋ ਨਾਮ ਤਾਂ ਬਿਲਕੁਲ ਮਸ਼ਹੂਰ ਨਹੀਂ ਐਨ ਉਹ ਤਾਂ ਬਹੁਤ بڑے ਮਨਸ਼ਾਦ ਫਰੋਸ਼ ਨੇ ਗੁੱਲੂ ਫਾਨਾ ਤੇ ਇਹ ਸਾਰੇ ਤੇ ਇਹ ਦੁਸ਼ਮਣੀ ਜਿੱਥੇ ਸ਼ੁਰੂ ਹੋਈ ਵੀ ਇਹਨਾਂ ਨੇ ਸਦਾਮ हुसैन ਗਿਆ ਮੰਡੀ ਚ ਕੋਈ ਕੁਰਬਾਨੀ ਵਾਸਤੇ ਨਾ ਕੋਈ ਡੰਗ ਡੰਗਰ ਲੈਣ ਵਾਸਤੇ ਯਾਰ ਦੋਸਤ ਵੀ ਖੇ ਨਾਲ ਉਹਦਾ ਮੋਬਾਈਲ ਵੀ ਇੱਕ ਉਹਦੇ ਕਜ਼ਨ ਕੋਲ ਸੀਗਾ ਨਾਲ ਉਹਦੇ ਕਜ਼ਨ ਵੀ ਗਿਆ ਸੀ ਤੇ ਮੋਬਾਈਲ ਉਹਨੇ ਫੜਿਆ ਉਹਨੇ ਕਿਹਾ ਮੈਂ ਇੱਕ ਨਾ ਕਾਲ ਕਰਨੀ ਆ ਇੰਨੀ ਦੇਰ ਵਿੱਚ ਪੁਲਿਸ ਆ ਗਈ ਪੁਲਿਸ ਵਾਲਿਆਂ ਨੇ ਉਹਨੂੰ ਫੜ ਲਿਆ ਤੇ ਪੁਲਿਸ ਵਾਲਿਆਂ ਦਾ ਪਲਾਨ ਸੀਗਾ ਵੀ ਇਹਨੂੰ ਪੁਲਿਸ ਮੁਕਾਬਲਾ ਬਣਾਣਾ ਹੈ ਇਹਦੇ ਕੋ ਕੋ ਅਸਲਾ-ਉਸਲਾ ਬਰਾਮਦ ਕਰਕੇ ਨਾ ਇਹਨੂੰ ਪੁਲਿਸ ਮੁਕਾਬਲਾ ਕਰਨਾ ਹੈ ਇਹਨਾਂ ਨੇ ਉਹਨੂੰ 40 ਲੱਖ ਰੁਪਇਆ ਦਿੱਤਾ ਸੀ ਐਸਐਚਓ ਨੂੰ ਵੀ ਇਹਨੂੰ ਪੁਲਿਸ ਮੁਕਾਬਲਾ ਕਰਨਾ ਹੈ ਤੂੰ ਇਹਨੂੰ ਜ਼ਿੰਦਾ ਨਹੀਂ ਛੱਡਣਾ ਇਹ ਤੁਹਾਨੂੰ ਕਿੱਦਾਂ ਪਤਾ ਵੀ ਉਹਨਾਂ ਨੂੰ 40 ਲੱਖ ਦਿੱਤਾ ਗਿਆ ਸੀ ਇਹ ਐਸਐਚਓ ਨੇ ਖੁਦ ਦੱਸਿਆ ਸਰ ਜਦੋਂ ਕਿੱਦਾਂ ਦੱਸਿਆ ਸਾਡੇ ਬੰਦੇ ਗਏ ਥਾਣੇ ਛੁੜਾਣ ਵਾਸਤੇ ਆ ਥਾਣਾ ਸਮਨਾ ਬਾਅਦ ਤੇ ਉੱਥੇ ਫਿਰ ਉਹਨਾਂ ਨੇ ਗੱਲਬਾਤ ਹੋਈ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਸਾਨੂੰ ਦਿੱਤਾ 40 ਲੱਖ ਰੁਪਇਆ ਤੇ ਤੁਸੀਂ ਦੇ ਦਿਓ 50 ਲੱਖ ਤੁਹਾਨੂੰ ਛੜ ਬੰਦਾ ਛੱਡ ਦਿੰਨੇ ਆ ਕੀ ਨਾਮ ਸੀ ਐਸਐਚਓ ਐਸਐਚਓ ਦਾ ਰਾਣਾ ਆਸਫ नाजरीन हमारे माशरे का में देखिए कि हमारे टैक्स के पैसों से ये लोग तनख्वाही लेते हैं वर्दी पहनते हैं प्रोटोकॉल के साथ निकलते हैं लेकिन हमारे ही माशरे में हमारे ही आम लोगों की बोलियाँ लगाई जाती हैं जैसे मंडी में जानवरों की बोली लगती है ना ऐसे ही इंसान को कत्ल करने के लिए बोली लगती है कि अगर आप चालीस लाख देते हैं तो एक बंदा कतल और अगर आप दूसरों का बंदा कतल करवाना चाहते हैं तो पचास लाख दे दूसरी पार्टी का भी बंदा कतल हो जाएगा ये फैसलाबाद का इलाका है डी पी ओ आई जी पंजाब ये बात ज़ेरे गौर करें कि यहाँ पर कैसे सरेआम कत्ल हो रहे हैं इसी इलाके में कुछ दिन पहले एक वारदात हुई जिसमें ख़वात को साथ ज़्यादाती की गई दस से बारह लोग थे लेकिन अभी तक कोई भी सुराख नहीं मिला कि वो लोग कौन थे किस इलाके से आए थे इस इलाके में ये वारदातें बढ़ती जा रही हैं इस पर एक्शन लेना चाहिए अगर ये लोग आवाम को तहफ़ फ्राहम नहीं कर सकते तो फिर ये क्यों वर्दियाँ पहनते हैं क्यों हमारे टैक्स के पैसों से ये अच्छा खाते पीते और प्रोटोकॉल के साथ निकलते हैं अच्छा भाई फिर क्या हुआ ਫਿਰ ਰਾਣਾ ਆਸਫ ਦਾ ਉਹਨੇ ਰਾਣਾ ਆਸਫ ਨੇ ਇਹ ਆਪਣਾ ਉਹਨੇ ਪਰਚਾ ਕੱਟ ਦਿੱਤਾ ਤੇ 17 ਕਿਲੋ ਚਾਰ ਸੇਨਾ ਕੋਲ ਇਹਨਾਂ ਮੰਨੇ ਤੇ ਇਹਨਾਂ ਗੁੱਲੂ ਗੋਲੂ ਲੈ ਕੇ ਵੀ ਪੁਲਿਸ ਮੁਕਾਬਲਾ ਨਹੀਂ ਮੈਂ ਕਰ ਸਕਦਾ ਹੋ ਸਕਦਾ ਕਿਸੇ ਨੇ ਬੰਡੀ ਚ ਫੜਦੇ ਆ ਵੀਡੀਓ ਬਣਾਈ ਹੋਵੇ ਆਵਾਮ ਜ਼ਿਆਦਾ ਆ ਹ ਇਹਨਾਂ ਲੋਕਾਂ ਨੂੰ ਵੀ ਪਤਾ ਚੱਲ ਗਿਆ ਤੇ ਆਵਾਮ ਹੀ ਜ਼ਿਆਦਾ ਵਾ ਤੇ ਉੱਥੇ ਮੌਕੇ ਦੇ ਗਵਾਹ ਵੀ ਕਾਫੀ ਬਣ ਗਏ ਸੀ ਕਿਉਂਕਿ ਜਾਣ ਪਹਿਚਾਨ ਵਾਲੇ ਸੀਗੇ ਮੰਡੀ 'ਚ ਯਾਰ ਦੋਸਤ ਵੀ ਕਾਫੀ ਸੀ ਤੇ ਉਹ ਫਿਰ ਉਹਨਾਂ ਨੇ ਪੁਲਿਸ ਮੁਕਾਬਲਾ ਨਹੀਂ ਕੀਤਾ ਤੇ ਉਹਨਾਂ ਨੇ ਫਿਰ 17 ਕਿਲੋ ਚਰਸ ਇਹਨਾਂ ਕੋਲ ਲਿਆ ਕੇ ਤੋਂ ਉਂਦੇ ਤੇ ਪਾ ਕੇ ਤੇ ਉਹਨਾਂ ਨੇ ਪਰਚਾ ਕੱਟ ਦਿੱਤਾ ਤੇ ਜਦੋਂ ਪਰਚਾ ਕੱਟ ਦਿੱਤਾ ਫਿਰ ਕਾਫੀ ਦਿਨਾਂ ਸੀ ਇਨਕੁਆਰੀਆਂ ਕਰਵਾਈਆਂ ਇੱਧਰ ਉੱਧਰ ਐ ਸਪੀ ਡੀ ਐਸਪੀ ਸੀਪੀਓ ਕਿਸੇ ਨੇ ਸਾਡੀ ਗੱਲ ਹੀ ਨਹੀਂ ਸੁਣੀ ਅਸੀਂ ਮੈਂ ਆਪ ਖੁਦ ਨਾਲ ਜਾਂਦਾ ਰਿਹਾ ਜਦੋਂ ਵੀ ਜਾਣਾ ਤੁਹਾਡੇ ਇਹ ਬੰਦੇ ਦੇ ਨਾਲ ਪਹਿਲੇ ਵੀ ਇਹਨੇ ਪਰਚੇ ਚਲੋ 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 ਆਹ ਬਸ ਇਹ ਕੋਈ ਤਰੀਕੇ ਨਾਲ ਵੀ ਇੱਕ ਬੰਦਾ ਬੇਗੁਨਾ ਹੈ ਉਹਨੂੰ ਤੁਸੀਂ ਕੋਈ ਗੱਲ ਸੁਣੋ ਉਹਨੂੰ ਬੇਗੁਨਾ ਸਾਬਤ ਕਰੋ ਤੇ ਉਹ ਕੋਈ ਇਸ ਸਿਸਟਮ ਨਾਲ ਸਾਨੂੰ ਤਾਂ ਸਾਨੂੰ ਇਸ ਸਿਸਟਮ ਨੂੰ ਨਫ਼ਰਤ ਹੋ ਗਈ ਹੈ ਬਸ ਇਹ ਸਾਨੂੰ ਨਾ ਪੁਲਿਸ ਦੀ ਵਰਦੀ ਤੋਂ ਜਦੋਂ ਕੋਈ ਪੁਲਿਸ ਵਾਲਾ ਮਰਦਾ ਹੈ ਨਾ ਅਸੀਂ ਤਾਂ ਇੱਥੇ ਖੁਸ਼ੀ ਕਰਦੇ ਆਂ ਬਈ ਇੱਸ਼ਾਲਾ ਜਾਨ ਛੁੱਟੀ ਇੱਕ ਕੰਜਰ ਮਰ ਗਿਆ ਤੇ ਇਹ ਸਾਰਾ ਪੁਲਿਸ ਮਹਿਕਮਾ ਹੀ ਘਰਕ ਹੋ ਜਾਵੇ ਨਾ ਸਾਨੂੰ ਕੋਈ ਸਾਨੂੰ ਖੁਸ਼ੀ ਹੈ ਹੁਣ ਅਸੀਂ ਇਹਨਾਂ ਨੂੰ ਦਸ਼ਤਗਰਦ ਬਣਾ ਲਈਏ ਦੱਸੋ ਅੱਜ ਜਿਹੜੇ ਬੱਚੇ ਸਕੂਲ ਛੱਡ ਕੇ ਬੈਠੇ ਆ ਵੀ ਅਸੀਂ ਆਪਣੇ ਚਾਚੇ ਦਾ ਪਰਚਾ ਬਦਲਾ ਲੈਣਾ ਦੱਸੋ ਇਹਨਾਂ ਦਾ ਕੀ ਕਰੀਏ ਅਸੀਂ ਇਹ ਸਕੂਲ ਨਹੀਂ ਗਿਆ ਉਹ ਵੀ ਨਹੀਂ ਗਿਆ ਇਹਨਦੇ ਤਿੰਨ ਬੇਟੇ ਆ ਛੋਟੇ ਛੋਟੇ ਸਾਹਮਣੇ ਬੈਠਿਆ ਉਹ ਵੀ ਨਹੀਂ ਗਿਆ ਸਕੂਲ ਇਹ ਵੱਡੇ ਹੋ ਕੇ ਕੀ ਕਰਨਗੇ ਇਹਨਾਂ ਨੇ ਮਨਸ਼ਾਹ ਫਰੋਸ਼ ਬਣ ਕੇ ਇਹਨਾਂ ਨੇ ਅਸਲਾ ਚੁੱਕਣਾ ਇਹਨਾਂ ਨੇ ਬੰਦੇ ਮਾਰਨੇ ਫੇਰ ਕਹਿਣਗੇ ਸਾਡੇ ਮੁਲਕ 'ਚ ਅਮਨ ਨਹੀਂ ਹੈ ਸ਼ੁਰੂਆਤ ਇਹ ਆਪ ਪੁਲਿਸ ਵਾਲਿਆਂ ਨੇ ਕੀਤੀ ਸਾਡੀ ਕੋਈ ਹਕੂਮਤ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਸੁਣਦਾ ਹੀ ਨਹੀਂ ਜਿਹੜਾ ਤੁਹਾਡਾ ਅਦਾਲਤ ਤੱਕ ਜੱਜ ਨੂੰ ਹੀ ਪਤਾ ਸੀ ਵੀ ਆ ਬੰਦਾ ਬੇਗੁਨਾ ਹੈ ਉਹਦੀ ਜੇ ਐਫ ਆਰ ਪੜੋ ਉੱਤੇ ਬੱਚੇ ਨੂੰ ਪੜਾ ਦਿਓ ਨਾ ਐਫ ਆਰ ਕਿਵੇਂ ਬਣਾਈ ਗਈ ਉਹਨੇ ਕਹਿਣਾ ਇਹ ਬਸ ਨਾ ਇੱਕ ਐਕਟਿੰਗ ਤੌਰ ਜਿਵੇਂ ਫਿਲਮ ਇੱਕ ਬਣਾਈ ਦੀ ਨਾ ਉਵੇਂ ਲਿਖੀ ਗਈ ਹੈ ਇਹ ਹਕੀਕਤ ਜਿਹੜਾ ਤੁਹਾਡਾ ਬੰਦਾ ਥਾਣੇ ਚ ਹੁਣ ਮਰਿਆ ਵਾ ਮਾਰਿਆ ਕਤਲ ਕੀਤਾ ਗਿਆ ਉਹਦੇ ਨਾਲ ਪੁਲਿਸ ਤੋਂ ਰੋਣਾ ਤਾਉਣ ਕਰ ਰਹੀ ਹੈ ਕੋਈ ਨਹੀਂ ਕਰ ਰਹੀ ਬਿਲਕੁਲ ਕੋਈ ਨਹੀਂ ਕਰ ਰਹੀ ਰਾਤੀ ਅਸੀਂ ਗਏ ਆ ਥਾਣੇ ਵੀ ਉਹਨਾਂ ਤੇ ਫੜੋ ਰੇਡ ਕਰੋ ਘਰ ਬੈਠੇ ਆ ਉਹ ਰਾਤੀ ਗਏ ਤਕਰੀਬਨ ਉਹਨਾਂ ਨੇ ਕਿਹਾ ਠੀਕ ਹੈ ਜੀ ਅਸੀਂ ਰੇਟ ਕਰਦੇ ਆ ਉੱਥੇ ਆਏ ਸਾਨੂੰ ਲਾ ਕੇ ਇੱਧਰ ਆ ਗਏ ਉਹ ਆਪਾਂ ਤਾਂ ਨਹੀਂ ਉਧਰ ਗਏ ਕਿ ਨਹੀਂ ਤੇ ਸਾਡੇ ਉੱਥੇ ਆਇਆ ਇੱਕ ਮਕਾਨ ਕਿਰਾਏ ਤੇ ਦਿੱਤਾ ਸੀ ਬਾਈਪਾਸ ਤੇ ਨਾਲ ਇੱਕ ਸਰਵਿਸ ਸਟੇਸ਼ਨ ਅਸੀਂ ਉਹ ਬੈਕ ਸਾਈਡ ਤੇ ਥੋੜੀ ਜਗ੍ਹਾ ਸੀ ਉੱਥੇ ਗੱਡੀਆਂ ਧੋਣ ਵਾਸਤੇ ਨਾ ਸਰਵਿਸ ਸਟੇਸ਼ਨ ਬਣਾਇਆ ਸੀ ਉਹ ਜੀ ਸਦਾਮੋਰੀ ਚਲਾਉਂਦੇ ਸੀਗੇ ਉਹ ਵੀ ਫਿਰ ਜਦੋਂ ਫੜੇ ਗਏ ਫਿਰ ਅਸੀਂ ਉਹ ਕਿਰਾਏ ਤੇ ਦਿੱਤਾ ਮਕਾਨ ਵੀ ਤੇ ਉਹ ਸਰਵਿਸ ਸਟੇਸ਼ਨ ਵੀ ਕੱਲ ਉੱਥੇ ਵੀ ਅਸਲਾ ਲੈ ਕੇ ਉਹ ਆਏ ਉਹਨਾਂ ਨੇ ਉਹ ਵੀ ਬੰਦ ਕਰਾ ਦਿੱਤਾ ਜਿਹੜਾ ਇੱਥੇ ਲੱਗਿਆ ਉਹਦੀ ਮਾਰਾਂਗੇ ਮਕਾਨ ਵੀ ਝਾਦਤਾ ਸਾ ਧੰਨ ਵਿਖਾ ਦਿੰਦੇ ਆ ਉੱਤੇ ਨਾਜ਼ਰੀਨ ਇੱਥੇ ਵੀ ਨਹੀਂ ਬੰਦ ਸੰ ਧਮਕੀਆਂ ਦੇਂਦੇ ਧੜੇ ਸਾਂ ਬੱਚਾ ਮਾਰ ਦੇਣੇ ਨੇ ਅਸਾ ਬੁੱਢੀਆਂ ਚੋਕ ਲੈਣੀਆਂ ਨੇ ਸਾਨੂੰ ਘਰ ਵੀ ਨਹੀਂ ਬਾਹਰ ਦਿੰਦੇ ਅੱਲਾਹ ਤੋਂ ਸਿਵਾ ਕੋਈ ਸਾਨੂੰ ਆਸਰਾ ਨਹੀਂ ਕੋਈ ਸੜਕੋ ਬੰਦਾ ਨਹੀਂ ਸਾਨੂੰ ਘਰ ਧਮਕੀਆਂ ਦਿੰਦੇ ਨੇ ਤੁਹਾਡੇ ਬੱਚਿਆਂ ਸਾਂ ਮਾਰ ਦੇਣੇ ਨੇ ਅਸਾ ਧੰਨ ਬੁੱਢੀਆਂ ਨੂੰ ਚੋਕ ਲੈਣਾ ਸਾਡੇ ਮਕਾਨ ਗੇਰ ਦਿੱਤੇ ਨੇ ਜਿਹੜੇ ਖਲਤਿਆਂ ਸਾਡੇ ਕਿਰਾਏਦਾਰ ਬੈਠੇ ਨੇ ਉਹਨਾਂ ਨੂੰ ਠਾ ਦਿੱਤਾ ਹੀ ਨੇ ਸਾਡਾ ਰੋਜੀ ਦਾ ਮਸਲਾ ਸਾਡਾ ਸਰਵਲ ਟੇਸ਼ਨ ਸਾਡਾ ਬੰਦ ਕਰਾ ਗਏ ਨੇ सिवा कोई मदद नहीं, कोई नहीं। तो बड़े परेशान नाजरीन आप देखें कि पहले इनके बेटे को कत्ल कर दिया गया और अब इनका एक घर था जो बाईपास पे था वो भी गिरा दिया गया वहाँ पर एक सर्विस स्टेशन इन लोगों ने बनाया था यहाँ पर गाड़ी वगैरह को धोते थे कि इससे हमारे घर का रोजगार चलता रहे अगर ये लोग चर्च वगैरह बेचने वाले होते तो ये इन्हें काम करने की जरूरत नहीं थी इनके बेटे को कत्ल कर दिया गया और अब इन इस इलाके में इनका असर वसूख देखिए कि इनके बेटे को कतल किया उसके बाद अबूरी जमानत पर वो बंदे इनके घर में आते हैं इनका घर गिराते हैं उसके बाद जो सर्विस स्टेशन है उस पर भी वो लड़क जो लोग जिन लोगों ने रेंट पे लिया हुआ था उनको मारते हैं और कहते हैं कि यहाँ से भाग जाएं अब ये फैसलाबाद का इलाका और बिल्कुल फैसलाबाद के अंडर आता है रोशन वाला अगर इस जगह पर ये हला हाल है तो फिर जो दूसरे इलाके जिन्हें लियारी या कच्चे का इलाका कहा जाता है वहाँ पर पुलिस कैसे कार्रवाई कर सकती है डी साहब ये आपके इलाके में सब कुछ हो रहा है एक बंदे को कत्ल किया गया और एक हफ़्ता भी नहीं हुआ कि उनके घर को गिरा दिया गया उनके सर स्टेशन को तबाह बर्बाद कर दिया गया अगर हमारे माशरे में इंसाफ़ फराम करने वाले अदारे इस कदर सुस्त रवि का शिकार रहेंगे तो फिर जो उनके बच्चे हैं जैसे कि भाई साहब ने गए उनके छोटे छोटे बच्चे हैं, अगर इनको इंसाफ़ नहीं मिलेगा तो कल को ये कानून हाथों में लेंगे फिर और जराइम हमारे सामने आएगा और हमारे माशरे का जो निज़ाम है ना वह तबाह वर्बाद हो जाएगा इसीलिए इस बात पर हम आई जी पंजाब और डी पी ओ फैसलाबाद से रिक्वेस्ट करते हैं कि इस बात का नोटिफिकेशन लेते हुए एक्शन लिया जाए जो लोग इसमें मुलव उनको कैफरे करदार तक जाया जाए ताकि हमारे माशरे में जराम को रोका जा सके और ये माँ जी हमारे साथ मौजूद है इनका इस वक्त दुनिया में कोई सहारा नहीं है एक बेटे को कतल और दो बेटी अंदर है तो खुदा के लिए अगर हम इंसाफ़ फ्राहम नहीं करते तो ये मजलूम की आवाज़ है ना वो कहते हैं रब की जो लाठी है वह बे आवाज़ है अगर हम इन्हें इंसाफ़ नहीं फ्राहम करते तो हमारा माशरे तबाही की तरफ़ जाएगा और हमारे माशरे में जराम बढ़ते रहेंगे अमीद है कि ये वीडियो आईजी पंजाब तक जाएगी और इस बात का नोटिस लेते हैं उन लोगों के अफ्रे करदार तक जाएंगे ताकि हमारे माशरे में इंसाफ़ बरकरार रहे इसी के साथ मुझे दीजिए इजाजत मिलते हैं किसी और वीडियो में दबाव में याद रखिएगा अल्लाह